ਬਿਲਾਸਪੁਰ ਦੇ ਨੈਣਾ ਦੇਵੀ ਵਿੱਚ ਪੰਜਾਬ ਰੋਡਵੇਜ਼ ਦੀ ਬੱਸ ਦੇ ਹਾਦਸਾਗ੍ਰਸਤ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ। ਜਾਣਕਾਰੀ ਮੁਤਾਬਕ ਨੈਣਾ ਦੇਵੀ ਤੋਂ ਸ੍ਰੀ ਅਨੰਦਪੁਰ ਸਾਹਿਬ ਜਾ ਰਹੀ ਰੋਡਵੇਜ਼ ਦੀ ਰੋਪੜ ਡਿਪੂ ਦੀ ਬੱਸ ਕੋਲਾਵਾਲਾ ਟੋਬਾ ਨਜ਼ਦੀਕ ਪਹਾੜੀ ਨਾਲ ਟਕਰਾ ਕੇ ਸੜਕ ਵਿਚਕਾਰ ਪਲਟ ਗਈ। ਇਸ ਦੌਰਾਨ ਬੱਸ ਵਿੱਚ ਸਵਾਰ 30 ਯਾਤਰੀਆਂ ਵਿੱਚੋਂ ਇੱਕ ਸ਼ਰਧਾਲੂ ਜ਼ਖਮੀ ਹੋ ਗਿਆ। ਜਾਣਕਾਰੀ ਮੁਤਾਬਕ ਬੱਸਾਂ ਦੀਆਂ ਬ੍ਰੇਕਾਂ ਫੇਲ ਹੋਣ ਕਾਰਨ ਡਰਾਈਵਰ ਨੇ ਮੁਸਤੈਦੀ ਵਰਦਿਆਂ ਬੱਸ ਨੂੰ ਸੰਭਾਲਿਆ। ਇਸ ਦੌਰਾਨ ਬੱਸ ਪਹਾੜੀ ਨਾਲ ਟਕਰਾ ਕੇ ਪਲਟ ਗਈ।